ਬਲਦੇਵ ਸਿੰਘ ਦੀ ਕਹਾਣੀ ਚਖੜ ਤੇ ਪਰਿੰਦੇ ਦਾ ਅਗਲਾ ਹਿੱਸਾ ਹਾਕਮ ਸਿੰਘ ਦਾ ਖੜਕੂਆ ਹੱਥੋਂ ਮਾਰਿਆ ਜਾਣਾ ਜੁਝਾਰ ਸਿੰਘ ਦੀ ਮੌਤੇ ਦਿਮਾਗੀ ਤਵਾਜ਼ਨ ਗਵਾ ਚੁੱਕੀ ਬੀਬੀ ਉਹਦੇ ਸਾਹਮਣੇ ਸਾਮਰਤ ਤੱਕ ਆ ਖੜੇ ਕੀ ਵਗਾੜਿਆ ਸੀ ਬੀਬੀ ਨੇ ਕਿਸੇ ਦਾ ਉਹ ਤਾਂ ਇੱਕ ਵਾਰ ਪੱਖੇ 'ਚ ਵੱਜ ਕੇ ਡਿੱਗੀ ਚਿੜੀ ਕਾਰਨ ਦੋ ਦਿਨ ਰੋਟੀ ਨਹੀਂ ਸੀ ਖਾ ਸਕੀ ਫਿਰ ਇਹ ਕਿਵੇਂ ਵਾਪਰ ਗਿਆ ਸਾਰਾ ਕੁਝ ਕਿਵੇਂ ਆ ਗਈ ਇਹ ਤਬਾਹੀ ਅਜਈਆਂ ਸੋਚਾਂ ਚੱਲ ਜਿਓਂ ਅੰਬਾਲੇ ਪਹੁੰਚ ਗਿਆ ਕਰ ਵਾਲੀ ਦੀ ਨਸੀਹਤ ਯਾਦ ਕਰਦੇ ਆ ਬਾਥਰੂਮ ਚ ਜਾ ਕੇ ਪੱਗ ਬੰਨ ਆਇਆ ਪਹਿਲਾਂ ਤਾਂ ਉਹਨੂੰ ਆਪਣਾ ਚਿਹਰਾ ਉਪਰ ਉਪਰਾ ਲੱਗਿਆ ਪਰ ਕਿਸੇ ਵੀ ਮੁਸਾਫਰ ਨੇ ਉਹਦੇ ਪੱਗ ਬੰਨ ਕੇ ਆਉਣ ਵੱਲ ਖਾਸ ਧਿਆਨ ਨਾ ਦਿੱਤਾ ਥੋੜੀ ਦੇਰ ਵਿੱਚ ਹੀ ਉਹ ਸਹਿਜ ਹੋ ਗਿਆ ਪਰ ਪੰਜਾਬ ਚ ਦਾਖਲ ਹੁੰਦਿਆਂ ਹੀ ਉਹਦੇ ਦਿਲ ਦੀ ਧੜਕਣ ਵਧ ਗਈ ਕੀ ਪਤਾ ਕਦੋਂ ਕੀ ਹੋ ਜਾਏ ਸੁਪਰ ਫਾਸਟ ਗੱਡੀ ਲੋਕਲ ਟ੍ਰੇਨ ਵਾਂਗ ਹਰ ਸਟੇਸ਼ਨ ਤੇ ਰੁਕਣ ਲੱਗੀ ਪਤਾ ਨਹੀਂ ਕੋਈ ਚੇਨ ਖਿੱਚ ਦਿੰਦਾ ਸੀ ਜਾਂ ਗੋਲਾਈਨ ਕਲੀਅਰ ਨਹੀਂ ਸੀ ਹੁੰਦੀ ਜਦੋਂ ਗੱਡੀ ਰੁਕਦੀ ਉਹ ਡਰ ਨਾਲ ਆਸੇ-ਪਾਸੇ ਵੇਖਦਾ ਹੁਣੇ ਕੋਈ ਟੋਲਾ ਆਏਗਾ ਅੰਨੇ ਵਾ ਫਾਇਰਿੰਗ ਸ਼ੁਰੂ ਕਰ ਦੇਗਾ ਫਿਰ ਚਾਰ ਚੁਫੇਰੇ ਚਿੱਕ ਜਹਾੜਾ ਮੱਚੇਗਾ ਲਹੂ ਦੀਕ ਨਦੀ ਵਗ ਗਈ ਇਹ ਸੋਚਦਾ ਅੰਦਰ ਖਾਤੇ ਉਹ ਆਪਣੇ ਲੁਕਣ ਤੇ ਬਚਣ ਦੀ ਥਾਂ ਭਾਲਣ ਲੱਗਦਾ ਲੁਧਿਆਣੇ ਸਟੇਸ਼ਨ ਤੇ ਉਹ ਡਰਿਆ ਡਰਿਆ ਡੱਬੇ ਚ ਉਤਰਿਆ ਸਟੇਸ਼ਨ ਤੇ ਆਥਾ ਭੀੜ ਵੇਖ ਕੇ ਤੇ ਲੋਕਾਂ ਨੂੰ ਆਮ ਵਾਂਗ ਤੁਰੇ ਫਿਰਦੇ ਵੇਖ ਕੇ ਹੈਰਾਨ ਰਹਿ ਗਿਆ ਕਮਾਲ ਹੈ ਇੱਥੇ ਤਾਂ ਕੋਈ ਤਣਾਅ ਕੋਈ ਨੇ ਜਾ ਪ ਰਿਹਾ ਸਭ ਕੁਝ ਸਹਿਜ ਆ ਕੌਣ ਕਹੇਗਾ ਇਥੇ ਹਰ ਰੋਜ਼ ਇੰਨੇ ਬੰਦੇ ਮਾਰੇ ਜਾਂਦੇ ਆ ਦੋਆਂ ਧਿਰਾਂ ਵੱਲੋਂ ਕੀ ਲੋਕਾਂ ਨੂੰ ਇਹਨਾਂ ਖਬਰਾਂ ਦੀ ਆਦਤ ਤਾਂ ਨਹੀਂ ਪੈ ਗਈ ਅਖਬਾਰਾਂ ਵਾਲੇ ਤਾਂ ਨਹੀਂ ਝੂਠ ਬੋਲਦੇ ਸਰਕਾਰੀ ਏਜੰਸੀਆਂ ਗਲਤ ਪ੍ਰਚਾਰ ਤਾਂ ਨਹੀਂ ਕਰ ਰਹੀਆਂ ਪਰ ਸਰਪੰਚ ਵੱਲੋਂ ਲਿਖੀ ਚਿੱਠੀ ਸੱਚੀ ਐ ਉਹਨਾਂ ਦਾ ਆਪਣਾ ਘਰ ਸਾੜਨ ਦੀ ਖਬਰ ਸੱਚੀ ਐ ਹਾਕਮ ਸਿੰਘ ਤੇ ਜੁਦਾਤ ਸਿੰਘ ਦੇ ਮਾਰੇ ਜਾਣ ਦੀ ਖਬਰ ਵੀ ਝੂਠੀ ਨਹੀਂ ਐ ਇਹਨਾਂ ਪਰੇਸ਼ਾਨੀਆਂ 'ਚ ਉਲਝਿਆ ਜਦੋਂ ਸਟੇਸ਼ਨ ਤੋਂ ਬਾਹਰ ਆਇਆ ਤਾਂ CRP ਵਾਲਿਆਂ ਨੇ ਰੋਕ ਲਿਆ ਟੈਚੀ ਖੋਲੋ ਹੁਕਮ ਹੋਇਆ ਉਹਨੇ ਇੱਕ ਇੱਕ ਸਮਾਨ ਚੈੱਕ ਕਰਾਇਆ ਮਨ ਬੜਾ ਦੁਖੀ ਹੋਇਆ ਗੁੱਸਾ ਵੀ ਆਇਆ ਕਾਫੀ ਖੱਜਲ ਖਵਾਰੀ ਮਗਰੋਂ ਉਹਨੂੰ ਛੱਡਿਆ ਗਿਆ ਆਪਣੇ ਆਪ ਨੂੰ ਅਪਮਾਨਤ ਮਹਿਸੂਸ ਕਰਦਾ ਉਹ ਬੱਸ ਸੱਡੇ ਪਹੁੰਚਿਆ ਬੱਸ ਤੋਂ ਉਤਰ ਕੇ ਜਦੋਂ ਆਪਣੇ ਪਿੰਡ ਪਹੁੰਚਣ ਲਈ ਕਿਸੇ ਸਾਧਨ ਦੀ ਹਾਲਚ ਸੀ ਤਾਂ ਕਿਸੇ ਨੇ ਉਹਦੇ ਮੋਢੇ ਤੇ ਹੱਥ ਆ ਰੱਖਿਆ ਉਹਨੇ ਚੌਂਕੇ ਵੇਖਿਆ ਸਰਪੰਚ ਗੰਗਾ ਸਿੰਘ ਦਾ ਲੜਕਾ ਉਦਾਸ ਜਿਹਾ ਉਹਦੇ ਪਿੱਛੇ ਖੜਾ ਸੀ 76 ਨੂੰ ਪਛਾਨਣ ਲੱਗਿਆ ਕੁਝ ਸਮਾਂ ਲੱਗਾ 5 ਸਾਲਾਂ ਵਿੱਚ ਕਾਫੀ ਵੱਡਾ ਹੋ ਗਿਆ ਸੀ ਰਸਮੀ ਦੁਆਸਲਾਮ ਪਿੱਛੋਂ ਸਰਪੰਚ ਦੇ ਮੁੰਡੇ ਨੇ ਦੱਸਿਆ ਬਾਪੂ ਜੀ ਮੰਡੀ ਚਾੜਤੀਏ ਕੋਲ ਬੈਠੇ ਨੇ ਅਸੀਂ ਰੇ ਲੈਣ ਆਏ ਆ ਟਰਾਲੀ ਲੱਦ ਕੇ ਤੋਰੀ ਪੈਣਾ ਸਾਡੇ ਨਾਲ ਹੀ ਪਿੰਡ ਚੱਲਿਓ ਮੁੰਡੇ ਤੋਂ ਆੜਤੀਏ ਦਾ ਪਤਾ ਪੁੱਛ ਕੇ 79 ਸ਼ਹਿਰ ਅੰਦਰਲੀ ਮੰਡੀ ਵੱਲ ਤੁਰ ਪਿਆ ਜਿਵੇਂ ਜਿਵੇਂ ਉਹ ਆਪਣੇ ਘਰ ਪਹੁੰਚਣ ਦੇ ਨੇੜੇ ਹੋ ਰਿਹਾ ਸੀ ਤੇਵੇਂ ਤੇ ਉਹ ਸੰਦਰਿਕ ਗੁਨਾ ਦਾਜੀ ਬਹਿਸਾਸ ਵਧਦਾ ਜਾ ਰਿਹਾ ਸੀ ਆਪਣੀ ਬੀਬੀ ਪ੍ਰਤੀ ਆਪਣੇ ਛੋਟੇ ਭਰਾਵਾਂ ਪ੍ਰਤੀ ਤੇ ਆਪਣੇ ਘਰ ਪ੍ਰਤੀ ਉਹਦੇ ਜਿਹੜੇ ਫਰਜ਼ ਬਣਦੇ ਸੀ ਪਿਛਲੇ ਵਰਿਆਂ ਚੋਂ ਨੇ ਇਹਨਾਂ ਵੱਲੋਂ ਬਿਲਕੁਲ ਅੱਖਾਂ ਬੰਦ ਕਰੇ ਰੱਖੀਆਂ ਹੁਣ ਉਹ ਕੇਵਲ ਜੱਗ ਦਿਖਾਵੇ ਲਈ ਹੀ ਇੱਥੇ ਆਇਆ ਸੀ ਸਰਪੰਚ ਗੰਗਾ ਸਿੰਘ ਨੇ ਉਹਨੂੰ ਦੂਰੋਂ ਹੀ ਵੇਖ ਲਿਆ ਉੱਠ ਕੇ ਉਹ ਕਾਲੀ ਢਾਲ ਬਾਹਰ ਆਇਆ ਸਰਪੰਚ ਨੂੰ ਸੱਸੀ ਕਾਲ ਬੁਲਾਉਂਦੇ ਨਚੱਤਰ ਦੀਆਂ ਅੱਖਾਂ ਪਾਰ ਆਈਆਂ ਤੇ ਰੋਕਦਿਆਂ ਵੀ ਉਹਦਾ ਰੋਣਾ ਨਿਕਲ ਗਿਆ ਪੁੱਜ ਕੇ ਮਾਰੀ ਹੋਈ ਤੁਹਾਡੇ ਪਰਿਵਾਰ ਨਾਲ ਤਾਂ 79 ਸਿਆਂ ਜੱਗੋਂ 13ਵੀਂ ਇੰਨਾ ਨੇ ਆ ਇੱਕ ਤਾਂ ਹੁੰਦਾ ਵੀ ਬੰਦੇ ਗਲਤ ਨੇ ਜਿਹੋ ਜਿਹੀਆਂ ਕਰਤੂਤਾਂ ਕਰਦੇ ਨੇ ਸਜ਼ਾ ਮਿਲ ਜਾਂਦੀ ਹੈ ਹੁਣ ਕਿਹਨੂੰ ਦੋਸ਼ ਦਈਏ ਕੋਈ ਹਾਲ ਨਹੀਂ ਪੁੱਤਰਾ ਤੇਰੀ ਮਾਂ ਦਾ ਮੈਂ ਤਾਂ ਦੱਸ ਹੀ ਨਹੀਂ ਸਕਦਾ ਪਿੰਡ ਦਾ ਜੀਓ ਜੀਓ ਨੂੰ ਵੇਖ ਕੇ ਰੋਂਦਾ 79ਵੀਂ ਪਾਈ ਸੁਣੀ ਗਿਆ ਰੋਈ ਗਿਆ ਰੋਈ ਗਿਆ ਸੁਣੀ ਗਿਆ ਆੜਤੀ ਨੇ ਨੌਕਰ ਭੇਜ ਕੇ ਚਾਹ ਮੰਗਵਾਤੀ ਚੰਗਾ ਹੋਇਆ ਤੂੰ ਸਾਨੂੰ ਇੱਥੇ ਮਿਲ ਪਿਆ ਤੇਰੀ ਮਾਂ ਤਾਂ ਕਿਸੇ ਨੂੰ ਪਛਾਣਦੀ ਹੀ ਨਹੀਂ ਬੜਾ ਫਿਕਰਤਾ ਉਹ ਹਾਕਮ ਮਾਰੇ ਤੋਂ ਹੀ ਕਰ ਗਈ ਹਿੱਲਾ ਤਾਂ ਸਾਰਾ ਪਿੰਡ ਇਹੀ ਸਮਝਦਾ ਰਿਹਾ ਇਹ ਕਾਰਵਾਈ ਖੜਕਵਾਨੇ ਕੀਤੀ ਹੋਣੀ ਆ ਪਰ ਹੌਲੀ-ਹੌਲੀ ਜਦੋਂ ਗੱਲਾਂ ਬਾਹਰ ਆਉਣ ਲੱਗੀਆਂ ਤਾਂ ਪਤਾ ਲੱਗਿਆ ਤੇਜਾ ਸਿੰਘ ਤੇ ਉਹਦੇ ਆੜਤੀਏ ਮੁਰਲੀਧਰ ਨੇ ਮਿਲ ਕੇ ਹਾਕਮ ਸਿੰਘ ਨੂੰ ਮਰਵਾਇਆ ਜਦੋਂ ਤੇਰੀ ਬੀਬੀ ਨੂੰ ਦੱਸਿਆ ਤਾਂ ਤੇਜਾ ਸਿੰਘ ਦੀ ਹਵੇਲੀ ਮੂਰੇ ਜਾ ਖੜਿਆ ਕਰੇ ਤੇ ਉਹਨੂੰ ਗਾਲਾਂ ਕੱਢਿਆ ਕਰੇ ਹਰਖਿਚ ਜੁਝਾਰ ਕਾਲਜ ਜਾਣੋਂ ਹਟ ਗਿਆ ਮੈਂ ਬੜਾ ਸਮਝਾਇਆ ਜੁਝਾਰ ਨੂੰ ਕਾਕਾ ਇਹ ਤਕੜੇ ਬੰਦੇ ਨਹੀਂ ਬਦਮਾਸ਼ ਨੇ ਹਥਿਆਰਾਂ ਵਾਲੇ ਨੇ ਥਾਣਿਆਂ ਕਚਹਿਰੀਆਂ ਚ ਪਹੁੰਚਾਂ ਵਾਲੇ ਨੇ ਉਸ ਮੇਰੀ ਇੱਕ ਨੰ ਮੰਨੀ ਰੋ ਪੈਂਦਾ ਤੇ ਆਖਦਾ ਤਾਇਆ ਜੀ ਇਹਨਾਂ ਮੇਰਾ ਬੇਕਸੂਰ ਭਰਾ ਮਰਵਾਤਾ ਜੇ ਮੈਂ ਬਦਲਾ ਨਹੀਂ ਲੈਂਦਾ ਲਹਣਦਾ ਮੇਰੇ ਜਿਉਣ ਦੇ ਫਿਰ ਪਤਾ ਨਹੀਂ ਉਹ ਕਿੰਨਾ ਮੁੰਡਿਆਂ ਕੋਲ ਜਾਣ ਲੱਗਾ ਕਿਹੜੇ ਮੁੰਡੇ ਉਸ ਕੋ ਲਾਉਣ ਲੱਗੇ ਇੱਕ ਰਾਤ ਉਹਨਾਂ ਨੇ ਤੇਜਾ ਸਿੰਘ ਘਰੋਂ ਬਾਹਰ ਧੂ ਲਿਆਂਦਾ ਪਿੰਡ ਦੇ ਚ ਰਸਤੇ ਚ ਲਿਆ ਕੇ ਮਾਰਿਆ ਤੇਜਾ ਸਿੰਘ ਦੇ ਮੁੰਡਿਆਂ ਨੇ ਥਾਣੇ ਰੈਪਟ ਲਖਾਈ ਤੇ ਕਾਤਲਾਂ ਚ ਜੁਝਾਰ ਸਿੰਘ ਦਾ ਨਾਮ ਵੀ ਲਿਖਾਤਾ ਪੁਲਿਸ ਗੇੜੇ ਮਾਰਨ ਲੱਗੀ ਡਰਦਾ ਜੁਝਾਰ ਆਸੇ ਪਾਸੇ ਰਹਿਣ ਲੱਗਿਆ ਤੇ ਜਿਹੜਾ ਸਰਕਾਰੀ ਮਹਿਕਮਾ ਤੋਂ ਅਨੁਸ਼ੀਦਾਂ ਦਾ ਪਰਿਵਾਰ ਕਹਿੰਦਾ ਹੁੰਦਾ ਸੀ ਉਹੀ ਮਹਿਕਮਾ ਹੁਣ ਤੁਹਾਨੂੰ ਗੱਦਾਰਾਂ ਦਾ ਪਰਿਵਾਰ ਕਹਿਣ ਲੱਗਾ ਫਿਰ ਤਾਂ ਆਏ ਦਿਨ ਛਾਪੇ ਪੈਣ ਲੱਗੇ ਇੱਕ ਰਾਤ ਜੁਝਾਰ ਘਰ ਸੀ ਕਿਸੇ ਨੇ ਮੁਖਬਰੀ ਕੀਤੀ ਸਾਰਾ ਪਿੰਡ ਘੇਰ ਲਿਆ ਉਸੇ ਰਾਤ ਤੁਹਾਡੇ ਘਰ ਨੂੰ ਅੱਗ ਲੱਗੀ ਉਸੇ ਰਾਤ ਜੁਝਾਰ ਨੂੰ ਫੜਨ ਬਾਅਦ ਕੱਸੀ ਦੀ ਪੁਲੀ ਤੇ ਪੁਲਿਸ ਮੁਕਾਬਲਾ ਬਣਾਇਆ ਗਿਆ ਸਰਪੰਚ ਦੀਆਂ ਗੱਲਾਂ ਸੁਣਦਾ ਨਛੱਤਰ ਬਾਰ-ਬਾਰ ਅੱਖਾਂ ਪੂੰਝਦਾ ਰਿਹਾ ਤੇ ਨੱਕ ਚੋਂ ਵਗਦਾ ਪਾਣੀ ਸਾਫ਼ ਕਰਦਾ ਰਿਹਾ ਤਾਇਆ ਜੀ ਤੇਜਾ ਸਿੰਘ ਕਿਆ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਸੀ ਫੇਰ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਸਰਪੰਚ ਨੇ ਕਿਹਾ ਤੈਨੂੰ ਪਤਾ ਥੋਡੀ ਜ਼ਮੀਨ ਤੇਜਾ ਸਿੰਘ ਕੋਲ ਗਹਿਣੇ ਆ ਹਾਂ ਇੱਕ ਵਾਰੀ ਬੀਬੀ ਨੇ ਦੱਸਿਆ ਤਾਂ ਸੀ ਕਈ ਵਰਿਆਂ ਦੀ ਗੱਲ ਤੂੰ ਤਾਂ ਕਲਕੱਤੇ ਚਲਾ ਗਿਆ ਚੌਕ ਸਾਲਾਂ ਬਾਅਦ ਹਾਕਮ ਦੀ ਤਰੱਕੀ ਹੋ ਗਈ ਇੱਕ ਦਿਨ ਉਹ ਮੇਰੇ ਕੋਲ ਆਇਆ ਆਂਦਾ ਤਾਇਆ ਜ਼ਮੀਨ ਛੁਡਾਣੀ ਆ ਹੁਣ ਤੇ ਬੀਬੀ ਜ਼ਮੀਨ ਦਾ ਬਹੁਤ ਝੋਰਾ ਕਰਦੀ ਐ ਤੇ ਮੈਂ ਉਹਦੇ ਨਾਲ ਤੇਜਾ ਸਿੰਘ ਕੋਲ ਗਿਆ ਅਗਲੀ ਫਸਲ ਬੀਜਣ ਤੋਂ ਪਹਿਲਾਂ ਰਕਮ ਦਾ ਹਿਸਾਬ ਰੱਖਣ ਲਈ ਗਿਆ ਥੋੜੀ ਜ਼ਮੀਨ ਐ ਨਿਆਈ ਦੀ ਸੜਕ ਦੇ ਉੱਤੇ ਤੇ ਉਸ ਜ਼ਮੀਨ ਬਾਰੇ ਤੇਜਾ ਸਿੰਘ ਨੇ ਆਪਣੇ ਆੜਤੀਏ ਮੁਰਲੀ ਧਰ ਨੂੰ ਲਾਰਾ ਲਾਇਆ ਹੋਇਆ ਸੀ ਉਹ ਐ ਬਲੈਕੀਆ ਬਦਮਾਸ਼ ਸਰਕਾਰੀ ਦਰਬਾਰੇ ਪਹੁੰਚ ਆਲਾ ਦੋਹਾਂ ਨੇ ਰਲ ਕੇ ਇੱਥੇ ਸ਼ੈਲਰ ਲਾਉਣਾ ਸੀ ਤੇਜਾ ਸਿੰਘ ਨੇ ਸੋਚਿਆ ਜ਼ਮੀਨ ਤਾਂ ਗਈ ਹੱਥੋਂ ਫਿਰ ਮੁਰਲੀ ਧਰਤੇ ਇਹਨੇ ਰਲ ਕੇ ਸਕੀਮ ਬਣਾਈ ਜੇ ਹਾਕਮ ਸਿੰਘ ਨੂੰ ਲੰਬੇ ਕਰਦੀ ਫਿਰ ਜ਼ਮੀਨ ਆਪਣੀ ਪੱਕੇ ਉਹਨਾਂ ਨੂੰ ਯਕੀਨ ਸੀ ਵੀ ਵੱਡਾ ਮੁੰਡਾ ਜਿਊਂਗਿਆ ਪੰਡ ਨਹੀਂ ਵੜਿਆ ਛੋਟਾ ਜੇ ਪੜਦਾ ਤੀਵੀ ਆਪਾਂ ਤੋਂ ਜ਼ਮੀਨ ਛੁਡਾ ਨਹੀਂ ਸਕਦੀ ਦੇਖ ਲੈ ਪੁੱਤਰਾ ਸਭ ਜਾਣਦੇ ਨੇ ਕਾਤਲ ਕਿਹੜੇ ਐ ਪਰ ਸੁਣਵਾਈ ਕੋਈ ਨਹੀਂ ਮੁਰਲੀ ਧਰਨੇ ਤੇਜੇ ਨੂੰ ਵੇਖ ਕੇ ਅੱਖਾਂ ਚ ਲਹੂ ਉਤਰਦਾ ਪਰ ਜੋਰ ਕੋਈ ਨਹੀਂ ਚੱਲਦਾ ਸਰਪੰਚ ਨੀਵੀ ਪਾ ਕੇ ਝੂਰਨ ਲੱਗ ਪਿਆ ਨਛਤਰ ਸੁੱਨ ਹੋਇਆ ਬੈਠਾ ਜ਼ਮੀਨ ਖੁਰਚਦਾ ਰਿਹਾ ਪੰਜਾਬ ਦਾ ਮਾਹੌਲ ਹੀ ਜਿਆ ਹੋ ਗਿਆ ਪੁੱਤਰਾ ਕਿਸੇ ਦੇ ਵਸ ਦੀ ਗੱਲ ਨਹੀਂ ਲੋਕ ਨਿੱਜੀ ਦੁਸ਼ਮਣੀਆਂ ਕੱਢੀ ਜਾਂਦੇ ਆ ਜ਼ਮੀਨਾਂ ਦੇ ਲਾਲਚ ਪਿੱਛੇ ਟੱਬਰਾਂ ਦੇ ਟੱਬਰ ਮਾਰੀ ਜਾਂਦੇ ਆ ਭੁੱਖ ਨੰਗ ਨਾਲ ਕੋਲ ਦੇ ਕਈ ਵੇ ਲੜ ਪੈਸੇ ਲੈ ਲੈ ਕਤਲ ਕਰੀ ਜਾਂਦੇ ਆ ਲੁੱਟਾਂ ਖੋਹਾਂ ਕਰੀ ਜਾਂਦੇ ਆ ਆ ਬੈਠਾ ਆਪਣਾ ਸੀਟ ਇਹਨੂੰ ਪੁੱਛ ਲੈ ਹਰ ਦੁੱਖ ਸੁੱਖ ਚਾਈ ਜਾਈਦਾ ਕਦੇ ਮਨ ਚ ਮੰਦੀ ਭਾਵਨਾ ਨਹੀਂ ਆਈ ਪਰ ਹੋਰਾਂ ਦਾ ਕੀ ਕਰੀ ਬਸ ਭੁੱਖਾਂ ਵਧੀਆਂ ਹਰ ਕੋਈ ਬੇਸਬਰਾ ਹੋਇਆ ਫਿਰਦਾ ਜਿਹਦੇ ਤੇ ਪਾਣਾ ਵਰਤਦਾ ਹੈ ਜਿਹੜਾ ਭੋਗਦਾ ਉਹਨੂੰ ਹੀ ਦਰਦ ਹੈ ਉਹੀ ਸੰਤਾਪ ਚ ਭੁੱਜਦਾ ਦੂਜੇ ਤੇ ਭੋਰਾ ਅਸਰ ਨਹੀਂ ਹੁੰਦਾ ਕੋਈ ਲਹੂ ਚਿੱਟਾ ਹੋ ਗਿਆ ਲੋਕਾਂ ਦਾ ਜਿਸ ਰਾਤ ਤੁਹਾਡਾ ਘਰ ਸੜਿਆ ਲੋਕਾਂ ਆਪਣੀਆਂ ਬੱਤੀਆਂ ਬੁਝਾ ਲਈਆਂ ਬੂਹੇ ਬੰਦ ਕਰ ਲਏ ਫਿਰ ਪਤਾ ਲੱਗਿਆ ਜੁਝਾਰ ਦੀ লাশ ਕੱਸੀ ਤੇ ਪਈ ਹੈ ਬਹਾਨੇ ਨਾਲ ਲੋਕ ਇਧਰ ਉਧਰ ਖਿਸਕਣ ਲੱਗੇ ਹਰ ਕੋਈ ਮੌਕੇ ਦਾ ਗਵਾਹ ਬਣਨੋਂ ਡਰਦਾ ਅੱਜਕੱਲ ਹਰ ਕੋਈ ਸੋਚਦਾ ਮੈਨੂੰ ਕੀ ਮੈਂ ਬਚ ਜਾਵਾਂ ਪਤਾ ਲੱਗਦਾ ਫਲਾਣੇ ਥਾਂ ਗੋਲੀ ਚੱਲ ਗਈ ਬਿਨਾ ਪੁੱਛਿਆ ਦੱਸਿਆ ਲੋਕ ਭੱਜ ਤੁਰਦੇ ਆ ਇਹ ਬਹੁਤ ਮਾੜੀ ਹਾਲਤ ਹੈ ਪੁੱਤਰਾ ਜਦੋਂ ਕਿਸੇ ਦੇ ਦੁੱਖ ਤੇ ਅੱਖ ਚੋਂ ਹੰਝੂ ਹੀ ਨਾ ਡਿਗੇ ਤਾਂ ਬੰਦੇ ਦੀ ਪਸ਼ੂਆਂ ਨਾਲੋਂ ਵੀ ਭੈੜੀ ਹਾਲਤ ਹੈ ਫਿਰ ਜੁਝਾਰ ਦੀ লাশ ਨਾ ਦੇਣ ਥਾਣੇ ਵਾਲੇ ਨੌਜਵਾਨ ਸੁਭਾਵਾਂ ਦੇ ਮੁੰਡੇ ਮਾਪਿਆਂ ਤੋਂ ਵੇਰ ਕੇ ਇਕੱਠੇ ਹੋਏ ਜਲੂਸ ਕੱਢੇ ਫਿਰ ਲੋਕ ਵੀ ਤੁਰਪੇ ਨਾਲ ਥਾਣਾ ਘੇਰਿਆ ਤਾਂ ਜਾ ਕੇ ਪੁਲਿਸ ਰਾਹ ਤੇ ਆਈ ਤੇਰੀ ਬੀਬੀ ਨੂੰ ਤਾਂ ਸੁਰਤ ਹੀ ਕੋਈ ਨਹੀਂ ਸੀ ਜਦੋਂ ਪਿੰਡ ਵਾਲਿਆਂ ਚੋਂ ਝਾੜ ਦਾ ਸਸਕਾਰ ਕੀਤਾ ਜਿਸ ਵਿਚਾਰੀ ਨੇ ਕਦੇ ਸਿਰ ਤੋਂ ਪੱਲਾ ਨਹੀਂ ਸੀ ਲਾਇਆ ਉਸੇਰੋਂ ਨੰਗੀ ਗਲੀਆਂ ਚ ਤੁਰੇ ਫਿਰਦੀ ਐ ਤੇ ਜੋ ਕੀ ਹਵੇਲੀ ਮੂਹਰੇ ਜਾ ਖੜਦੀ ਐ ਮੇਰੇ ਵੀ ਗੋਲੀ ਮਾਰਦੇਓ ਮੇਰੇ ਵੀ ਗੋਲੀ ਮਾਰਦੇਓ ਕਹੀ ਜਾਂਦੀ ਐ ਤੇ ਜੱਸ ਸਿੰਘ ਦੇ ਮੁੰਡੇ ਉਸ ਮਗਰ ਕੁੱਤੇ ਛੱਡ ਦਿੰਦੇ ਆ ਉਹ ਚੀਕਾਂ ਮਾਰਦੀ ਭੱਜ ਤੁਰਦੀ ਐ ਅਗਲੇ ਦਿਨ ਫੇਰ ਉੱਥੇ ਆ ਖੜਦੀ ਐ ਇਸੇ ਕਰਕੇ ਤੈਨੂੰ ਖਤ ਲਿਖਿਆ ਸੀ ਆਪਣੀ ਮਾਤਾ ਨੂੰ ਆ ਕੇ ਸੰਭਾਲ ਨਛੱਤਰ ਨੂੰ ਬਾਰ-ਬਾਰ ਰੋਂਦਾ ਵੇਖ ਕੇ ਸਰਪੰਚ ਨੇ ਮੋਢਾ ਥਾਪੜਿਆ ਐਨ ਦਿਲ ਥੋੜਾ ਕੀਤੇ ਐ ਕੁਛ ਨਹੀਂ ਬਣਨਾ ਪੁੱਤਰ ਤਕੜਾ ਹੋ ਗਿਆ ਨਹੀਂ ਤਾਂ ਮੁੰਡਾ ਨਹੀਂ ਹਿੰਮਤ ਕਰਕੇ ਆਪਣੀ ਬੀਬੀ ਨੂੰ ਸੰਭਾਲੋ ਮੈਂ ਜਿੰਨੇ ਗੋਚਰਾਂ ਤੇਰੇ ਨਾਲ ਆ ਜੇ ਜ਼ਮੀਨ ਛਡਾਣੀ ਹੋਈ ਤਾਂ ਵੀ ਤੇਰੇ ਨਾਲ ਰਹੂ ਪਰ ਪਹਿਲਾਂ ਆਪਣੀ ਮਾਤਾ ਦਾ ਇਲਾਜ ਕਰਾ ਟਰੈਕਟਰ ਟਰਾਲੀ ਆਉਂਦੀ ਵੇਖ ਕੇ ਚੁੱਪ ਕਰ ਗਿਆ ਤੇ ਫਿਰ ਸਾਰੇ ਪਿੰਡ ਨੂੰ ਚੱਲ ਪਏ ਜਿਵੇਂ ਜਿਵੇਂ ਪਿੰਡ ਨੇੜੇ ਆਉਂਦਾ ਗਿਆ ਨਛੱਤਰ ਅੰਦਰ ਇੱਕ ਅਧਿਕ ਡਰ ਫੈਲਣ ਲੱਗਾ ਆਪਣੀ ਬੀਬੀ ਦੇ ਸਾਹਮਣੇ ਕਿਵੇਂ ਹੋਏਗਾ ਆਪਣੇ ਸੜੇ ਹੋਏ ਘਰ ਨੂੰ ਵੇਖ ਸਕੇਗਾ ਵੀ ਜਾਂ ਨਹੀਂ ਕੀ ਦੱਸੇਗਾ ਆਪਣੀ ਮਾਂ ਨੂੰ ਉਹ ਸਭ ਤੋਂ ਵੱਡਾ ਸੀ ਘਰ ਚ ਅਜਈਆਂ ਤੱਤੀਆਂ ਲੂਆਂ ਵਗੀਆਂ ਸਾਰਾ ਘਰ ਸਾਰਾ ਪਰਿਵਾਰ ਝੁੱਲਸ ਗਿਆ ਇੱਕ ਵਾਰੀ ਵੀ ਉਹਨੇ ਪਛਾਹ ਮੁੜ ਕੇ ਵੇਖਿਆ ਉਹਦੀ ਬੀਬੀ ਉਹਨੂੰ ਪਛਾਣੇਗੀ ਵੀ ਜਾਂ ਨਹੀਂ ਇਹਨਾਂ ਡਰਾਂ ਦੇ ਖਿਆਲਾਂ ਵਿੱਚ ਹੀ ਉਲਝਿਆ ਹੋਇਆ ਸੀ ਕਿ ਪਿੰਡ ਆ ਗਿਆ ਉਹੀ ਪਿੰਡ ਜਿਹਨੂੰ ਉਹਨੇ 5 ਸਾਲ ਪਹਿਲਾਂ ਛੱਡਿਆ ਸੀ ਸਭ ਕੁਝ ਉਵੇਂ ਦਾ ਹੋਵੇ ਫਿਰ ਨਹੀਂ ਲਾਗੇ ਦਾ ਛੱਪੜ ਦਾ ਪਾਣੀ ਅੱਜ ਵੀ ਪਹਿਲਾਂ ਵਾਂਗੂ ਹਰੀਪਾ ਮਾਰ ਰਿਹਾ ਕੰਡੇ ਖੜੀਆਂ ਕਿਕਰਾਂ ਦਾ ਬੂਰਸਾ ਦਾ ਵਾਂਗ ਪਾਣੀ ਦੀ ਸਤਾ ਤੇ ਤੈਰ ਰਿਹਾ ਉਹੀ ਗਲੀਆਂ ਉਹੀ ਘਰ ਹੈਰਾਨ ਹੈ ਕੁਝ ਵੀ ਨਹੀਂ ਬਦਲਿਆ ਇੱਕ ਘਰ ਸੜ ਗਿਆ ਇੱਕ ਪਰਿਵਾਰ ਖਤਮ ਹੋ ਗਿਆ ਤੇ ਪਿੰਡ ਹੋਵੇਂ ਦਾ ਹੋਵੇ ਵਸਦਾ ਰੂੜੀਆਂ ਤੋਂ ਚੋਗਾ ਚੁਗਦੇ ਕੁੱਕੜ ਬਾਂਗਾ ਦੇ ਰਹੇ ਆ ਛੱਪੜ ਚ ਪਾਣੀ ਪੀਣ ਆਈਆਂ ਮੱਝੀਆਂ ਕੱਟੀਆਂ ਕੁਦਾੜੇ ਮਾਰ ਰਹੀਆਂ ਵਸਦੇ ਘਰ ਤੇ ਚੁੱਲਿਆਂ ਚ ਧੂਆਂ ਪਹਿਲਾਂ ਵਾਂਗੀ ਉੱਠ ਰਿਹਾ ਉਹ ਸਹਿਮਿਆ ਜਿਆ ਗਲੀਆਂ ਵੱਲ ਝਾਕ ਰਿਹਾ ਪਤਾ ਨਹੀਂ ਕਿਹੜੀ ਗਲੀ ਚੋਂ ਬੀਬੀ ਨਿਕਲ ਆਏ ਲੰਮੀ ਚੀਕ ਮਾਰ ਕੇ ਭੱਜ ਤੁਰੇ ਤੇ ਕਹੇ ਮੇਰੇ ਵੀ ਗੋਲੀ ਮਾਰ ਦਿਓ ਮੇਰੇ ਵੀ ਗੋਲੀ ਮਾਰ ਦਿਓ ਉਹਦੇ ਘਰ ਦੀ ਗਲੀ ਦੇ ਮੋੜ ਤੇ ਆ ਕੇ ਟਰੈਕਟਰ ਰੁਕਿਆ ਤਾਂ 72 ਦੀ ਜਿਵੇਂ ਕੋਈ ਜਾਨ ਹੀ ਕੱਢ ਕੇ ਲੈ ਗਿਆ ਹੋਵੇ ਦੁੱਖ ਨਾਲ ਮੁਰਝਾਇਆ ਪੀਲਾ ਚਿਹਰਾ ਭਿਆਨਕ ਹੋਣੀ ਦੇ ਰੂਬਰੂ ਆਉਣ ਦੇ ਡਰਤ ਡਰ ਨਾਲ ਸਹਿਮਿਆ ਉਹ ਟਰੈਕਟਰ ਤੋਂ ਉਤਰਨ ਦਾ ਹੌਸਲਾ ਨਾ ਕਰ ਸਕਿਆ ਨਾ ਛੱਤਰ ਸਿਆਂ ਪਹਿਲਾਂ ਆਪਾਂ ਘਰੇ ਚਲਦੇ ਆ ਆਪਣੇ ਉੱਥੇ ਨਹਾ ਧੋ ਕੇ ਕੁਝ ਖਾ ਪੀ ਲੈਂਦੇ ਇੱਥੇ ਤਾਂ ਕੋਈ ਬੰਦੋਬਸਤ ਨਹੀਂ ਹੋਣਾ ਸਰਪੰਚੋ ਦੀ ਹਾਲਤ ਸਮਝਦਾ ਸੀ ਤਾਇਆ ਜੀ ਪਹਿਲਾਂ ਘਾਰੇ ਜਾਊਂਗਾ ਕਿ ਉਹ ਟਰੈਕਟਰ ਤੋਂ ਉਤਰ ਪਿਆ ਮੈਂ ਵੀ ਚੱਲਦਾ ਤੇਰੇ ਨਾਲ ਸਰਪੰਚ ਵੀ ਹੀਠਾਂ ਉਤਰ ਆਇਆ जिने ਲੋਕਾਂ ਨੇ ਵੇਖਿਆ ਉਹ ਵੀ ਕੋਲ ਆ ਗਏ ਗਲੀ ਦੀਆਂ ਔਰਤਾਂ ਬੱਚੇ ਕੁੜੀਆਂ ਆਂਡਣਾ ਗਵੰਡਣਾ ਜਿਵੇਂ ਜਿਵੇਂ ਸੁਣਦੇ ਦੇਖਦੇ ਗਏ ਉਹਦੇ ਨਾਲ ਰਲਦੇ ਗਏ ਕਈ ਔਰਤਾਂ ਤਾਂ ਰੋਣ ਆਪ ਮੁਹਾਰੇ ਨਿਕਲ ਗਿਆ ਨਛੱਤਰ ਤੋਂ ਵੀ ਆਪਣਾ ਆਪ ਸੰਭਿਆ ਨਾ ਗਿਆ ਉਹਦੀਆਂ ਭੂਆ ਨਿਕਲ ਗਈਆਂ ਰੋਂਦਾ ਤੇ ਹੋਕੇ ਪਰਦਾਇ ਇਕੱਠ ਅੱਧ ਸੜੇ ਘਰ ਦੇ ਵੇੜੇ 'ਚ ਆ ਖੜਾ ਇਹਨੇ ਨੂੰ ਭੀੜ 'ਚੋਂ ਰਾਹ ਬਣਾਉਂਦੇ ਉਹਦੀ ਭੂਆ ਉਹਨੂੰ ਆ ਜਿੰਬੜੀ ਤੂੰ ਤਾਂ ਪਰਦੇਸੀ ਜਾ ਕੇ ਸੌਂ ਗਿਆ ਮੇਰੇ ਆ ਬੱਚਿਆ ਕਿੱਥੋਂ ਲੱਭੇਗਾ ਹਾਕਮ ਤੇ ਜੁਝਾਰ ਨੂੰ ਪੁੱਤਾਂ ਪੂਆ ਦੇ ਦਿਲ ਚੀਰਵੇਂ ਵੈਣਾ ਨੇ ਤੀਵੀਆਂ ਦਾ ਸਾਰਾ ਘਟ ਰੋਣ ਲੱਗਾ ਤਾਂ ਅਤਰ ਪੂਆ ਦੇ ਗਲ ਲੱਗਿਆ ਰੋਂਦਾ ਰਿਹਾ ਇੱਕ ਬਜ਼ੁਰਗ ਬੋਲਿਆ ਸੋਹਰੇ ਐ ਮਿਲਣਾ ਕੁਛ ਮੁੰਡਾ ਬਾਹਰੋਂ ਥੱਕਿਆ ਆਇਆ ਸਫਰ ਤੋਂ ਬੈਠ ਕੇ ਦੁੱਖ ਸੁੱਖ ਕਰੋ ਉਹਦੇ ਚਾਹ ਪਾਣੀ ਦਾ ਪ੍ਰਬੰਧ ਕਰੋ ਇਹ ਰੋਣਾ ਧੋਣਾ ਤਾਂ ਹੁਣ ਸਾਰੀ ਉਮਰ ਦਾ ਹੈ ਬਜ਼ੁਰਗ ਦੀਆਂ ਗੱਲਾਂ ਵੱਲ ਕਿਸੇ ਧਿਆਨ ਨਹੀਂ ਦਿੱਤਾ ਸਭ ਆਪੋ ਆਪਣੇ ਮੋਇਆਂ ਤੇ ਵਿਛੜਿਆ ਨੂੰ ਯਾਦ ਕਰ ਕਰਕੇ ਬੈਣ ਪਾਉਂਦੀਆਂ ਰਹੀਆਂ ਜਦੋਂ ਹੰਬ ਗੀਆਂ ਹੌਲੀ ਹੌਲੀ ਗੱਲ ਨਹੀਂ ਰੁੱਝੀਆਂ ਤੂੰ ਤਾਂ ਜਿਉਂ ਗਿਆ ਪੁੱਤਾ ਪਲਟ ਕੇ ਨਹੀਂ ਵੇਖਿਆ ਤੂੰ ਹਾਕਮ ਦੇ ਭੋਗ ਤੇ ਵੀ ਨਾ ਆਇਆ ਰੋਂਦਿਆਂ ਭੂਆ ਨੇ ਮਹਿਣਾ ਦਿੱਤਾ ਨੇਕਾਂ ਭਾਬੀ ਜਿੰਨਾ ਹਾਕਮ ਦੇ ਮਰਨ ਤੇ ਰੋਈ ਓਨਾ ਹੀ ਤੇਰੇ ਨਾਂ ਆਉਣ ਤੇ ਰੋਈ ਐ ਕੋਈ ਕਰਦਾ ਹੁੰਦਾ ਹੈ ਭਲਾ ਨਛੱਤਰ ਚ ਭੂਆ ਵੱਲ ਝਾਕਣ ਦੀ ਹਿੰਮਤ ਨਹੀਂ ਸੀ ਪਹਿਲਾਂ ਉਹਦਾ ਜੀ ਕੀਤਾ ਨਾ ਆ ਸਕਣ ਦੇ ਬਹਾਨੇ ਲਾਵੇ ਮਜਬੂਰੀਆਂ ਦੱਸੇ ਪਰ ਨੀਵੀਂ ਪਾਈ ਬੈਠੇ ਨੇ ਇੰਨਾ ਹੀ ਪੁੱਛਿਆ ਬੀਬੀ ਕਿੱਥੇ ਹੋਊਗੀ ਉਹਦਾ ਕੋਈ ਟਿਕਾਣਾ ਹੈ ਕਦੇ ਸੇਵਿਆਂ ਤੇ ਕਦੇ ਤੇਜੋ ਕੀ ਹਵੇਲੀ ਮੂਰੇ ਕਦੇ ਕੱਸੀ ਦੀ ਪੁਲੀ ਤੇ ਕਦੇ ਗਹਿਣੇ ਕੀਤੇ ਖੇਤਾਂ ਦੀਆਂ ਵੱਟਾਂ ਤੇ ਐਂ ਤੁਰੇ ਫਿਰਦੀ ਐ ਸਾਰਾ ਦਿਨ ਭੂਆ ਨੇ ਚੁੰਨੀ ਨਾਲ ਨੱਕ ਪੂੰਝਿਆ ਤੇ ਫੇਰ ਰੋਣ ਲੱਗ ਪਈ ਭੂਆ ਸਬਰ ਕਰਨ ਵਾਲੇ ਨਛੱਤਰ ਸੀ ਉਹਨੂੰ ਸਮਝਾ ਰਲ ਮਿਲ ਕੇ ਨੇਕਾਂ ਬੀਬੀ ਨੂੰ ਸੰਭਾਲੋ ਹੁਣ ਤਾਂ ਗੱਲਾਂ ਤੇ ਦਲਾਸੇ ਹੀ دارو ਨਹੀਂ ਹਾਰੀ ਬਾਜੀ ਤਾਂ ਹੱਥ ਨਹੀਂ ਆਉਣੀ ਭਾਣਾ ਮੰਨੋ ਕਰਤਾਰ ਦਾ ਅਜਿਹਿਆਂ ਮੱਤਾਂ ਦਿੰਦੇ ਕੰਮਾਂ ਧੰਦਿਆਂ ਵਾਲੇ ਲੋਕ ਹੌਲੀ ਹੌਲੀ ਆਪਣੇ ਘਰਾਂ ਨੂੰ ਖੇਤਾਂ ਨੂੰ ਜਾਣ ਲੱਗੇ ਨ ਛੱਤਰ ਜੇਰਾ ਕਰਕੇ ਆਪਣੇ ਘਰ ਵੱਲ ਛੱਤ ਵੇੜੇ ਵਿੱਚ ਅੱਧ ਸੜੀਆਂ ਰਜਾਈਆਂ ਦਰੀਆਂ ਹੋਰ ਨਿੱਕ ਸੁੱਕ ਦਾ ਢੇਰ ਪਿਆ ਸੀ ਪਿਛਲੇ ਅੰਦਰ ਦਾ ਤਾਂ ਇੱਕ ਤਖਤ ਤਾਂ ਹੈ ਹੀ ਨਹੀਂ ਸੀ ਦੂਜਾ ਅੱਧ ਸੜਿਆ ਲਟਕ ਰਿਹਾ ਸੀ ਛੱਤ ਦਾ ਇੱਕ ਛਤੀਰ ਸੜ ਕੇ ਦੋ ਖੰਡ ਡਿੱਗੇ ਪਏ ਸੀ ਵੱਡੇ ਮਗੋਰੇ ਵਿੱਚੋਂ ਦੀ ਦਿਸਦਾ ਅਸਮਾਨ ਡਾਡਾ ਉਪਰਾਂ ਲੱਗਦਾ ਸੀ ਅੰਦਰ ਦੀਆਂ ਕੰਧਾਂ ਅੱਗ ਤੇ ਧੂਏ ਕਾਰਨ ਕਾਲੀਆਂ ਧੂੰਖੀਆਂ ਪਈਆਂ ਬੀਬੀ ਦਾ ਚਰਖਾ ਛੱਜ ਟੁਕਰੀ ਹੋਰ ਬਥੇਰਾ ਕੁਝ ਜਿਹੜਾ ਬੀਬੀ ਨੇ ਕਦੇ ਚਾਵਾਂ ਤੇ ਰੀਜਾਂ ਨਾਲ ਬਣਾਇਆ ਸੀ ਸਭ ਬਾਹਰ ਢੇਰ ਤੇ ਸਿੱਟਿਆ ਪਿਆ ਸੀ ਅੱਧ ਸੜੇ ਢੇਰ ਵਾਲੋ ਇੱਕ ਟੱਕ ਝਾਕਦਾ ਰਿਆ ਜਾਪਿਆ ਹਾਕਮ ਤੇ ਜੁਝਾਰੂ ਸਵਾਲ ਝਾਕਦੇ ਪੁੱਛ ਰਹੇ ਹੁਣ ਹੁਣ ਆਇਆ ਭਾਜੀ ਉਹਦਾ ਫੇਰ ਰੋਣ ਨਿਕਲ ਗਿਆ ਇਹ ਤਾਂ ਪੁੱਤ ਅਸੀਂ ਸਵੇਰੇ ਰਲ ਕੇ ਬਾਹਰ ਕੱਢਿਆ ਸਮਾਨ ਤੇਰੀ ਭੂਆ ਤੋਂ ਬਿਨਾਂ ਰਾਤ ਨੂੰ ਤਾਂ ਡਰਦਾ ਕੋਈ ਬਾਹਰ ਹੀ ਨਹੀਂ ਨਿਕਲਿਆ ਚਾਰ ਚਫੇਰੇ ਗੋਲੀਆਂ ਦੀ ਧੜ ਧੜ ਹੁੰਦੀ ਸੀ ਭੂਆ ਨੇ ਜੇਰਾ ਕਰਕੇ ਤੇਰੀ ਬੀਬੀ ਨੂੰ ਫੜਿਆ ਆਖੀ ਜਾਂਦੀ ਸੀ ਮੈਂ ਵੀ ਵਿਚੇ ਹੀ ਸੜ ਕੇ ਮਰਾਂ ਫਿਰ ਜਦੋਂ ਪਤਾ ਲੱਗਿਆ ਕੱਸੀ ਦੀ ਪੁਲੀ ਤੇ ਜੁਝਾਰ ਮਾਰਿਆ ਪਿਆ ਫਿਰ ਤਾਂ ਪੱਥਰ ਬਣ ਗਈ ਤੇਰੀ ਭੂਆ ਹੋਵੇ ਨਾ ਤਾਂ ਵਿਚਾਰੀ ਨੂੰ ਸਾਂਭੇ ਨਾ ਇਹਨੇ ਆਪ ਕਿਹੜਾ ਕੋਈ ਸੁੱਖ ਵੇਖਿਆ ਇੱਕ ਰੱਬ ਨੇ ਕੋਈ ਧੀ ਪੁੱਤ ਨਹੀਂ ਦਿੱਤਾ ਦੂਜਾ ਸਿਰੋਂ ਨੰਗੀ ਹੋ ਗਈ ਮਾਂ ਪਿਓ ਵੀ ਤੁਰ ਗਏ ਨਰਕ ਸੁਰਗ ਤਾਂ ਇੱਥੇ ਹੀ ਵੇਖਦਾ ਹੈ ਬੰਦਾ ਜਿਉਂਦੇ ਜੀ ਹੁਣ ਤੂੰ ਹੀ ਵੇਖ ਲੈ ਆਪਣੇ ਘਰ ਦਾ ਹਾਲ ਸੱਚੀ ਗੱਲ ਐ ਭਾਈ ਕੋਈ ਵਿੱਚੋਂ ਹੀ ਹੌਕਾ ਲੈ ਕੇ ਬੋਲੀ ਫਿਰ ਕਦੇ ਕੋਈ ਕਦੇ ਕੋਈ ਆਪਣਾ ਆਪਣਾ ਦੁੱਖ ਫੋਲਣ ਲੱਗੀਆਂ ਨਛੱਤਰ ਹੁਣ ਚਾਹੁੰਦਾ ਸੀ ਇਹ ਸਾਰੀਆਂ ਔਰਤਾਂ ਚਲੀਆਂ ਜਾਂਦੇ ਉਹ ਕਰਦੀਆਂ ਸੜੀਆਂ ਚੁਗਾਠਾਂ ਕੰਦਾ ਬੂਹਾਂ ਦੇ ਗੱਲ ਲੱਗ ਕੇ ਜੀ ਭਰ ਕੇ ਰੋ ਲਵੇ ਉਹਨਾਂ ਨੂੰ ਛੂ ਕੇ ਵੇਖੇ ਤੇ ਕਹੇ ਮੈਂ ਤੁਹਾਡਾ ਗੁਨਾਹਗਾਰ ਆ ਉਹ ਜਿੱਦਰ ਵੀ ਝਾਕਦਾ ਸੀ ਕਰਦੀ ਹਰ ਚੀਜ਼ ਉਹਨੂੰ ਲਾਂਭਾ ਦੇ ਰਹੀ ਸੀ ਇੰਨਾ ਨਿਰਮੋਹਾ ਹੋ ਗਿਆ ਤਾਂ ਅਸੀਂ ਤੈਨੂੰ ਲੋਰੀਆਂ ਦੇ ਦੇ ਵਡਾ ਕੀਤਾ ਤੇਰੇ ਨਾਲ ਖੇਡੇ ਤੇਰੇ ਹਰ ਚਾਹ ਪੂਰੇ ਕੀਤੇ ਤੇਰੇ ਸ਼ਗਨ ਮਨਾਏ ਕਦੇ ਆ ਕੇ ਪੁੱਛਿਆ ਸਾਡਾ ਹਾਲ ਪੁੱਤ ਨੌਣਾ ਤਾਂ ਨਹੀਂ ਸੋਚੀ ਪਈ ਨੂੰ ਭੂਆ ਨੇ ਪੁੱਛਿਆ ਨਹੀਂ ਭੂਆ ਚਲੋ ਪਹਿਲਾਂ ਬੀਬੀ ਨੂੰ ਘਰ ਲੈ ਕੇ ਆਈਏ ਆਪਣੇ ਨਾਲ ਤਾਂ ਉਹਨੇ ਘਰ ਰੋਣਾ ਨਹੀਂ ਪੁੱਤ ਚਲ ਦੇਖ ਆਉਨੇ ਆ ਆ ਕੇ ਭੂਆ ਉੱਠ ਖੜੀ ਆਣ ਗਵਣ ਦੀਆਂ ਹੋਰ ਔਰਤਾਂ ਵੀ ਨਾਲ ਜਾਣ ਲਈ ਤਿਆਰ ਸੀ ਭੂਆ ਨੇ ਰੋਕਦੀਆਂ ਕੀ ਕਰਾਂਗੇ ਸਾਰੇ ਆਪਾਂ ਉਨੇ ਸਮਝਣਾ ਮੈਨੂੰ ਫੜਨ ਆਇਆ ਤੇ ਵੇਖ ਕੇ ਭੱਜ ਤੁਰਨਾ ਰਾਜਪਿੰਡ ਦੇ ਹੋਰ ਲੋਕ ਵੀ ਮਿਲੇ ਰਸਮੀ ਅਫਸੋਸ ਤੋਂ ਬਾਅਦ ਰੱਬ ਦਾ ਭਾਣਾ ਐਵੇਂ ਲਿਖੀ ਸੀ ਹੁਣ ਤਕੜਾ ਹੋ ਵਰਗੀਆਂ ਗੱਲਾਂ ਸੁਣਦਾ ਉਹ ਭੂਆ ਦੇ ਪਿੱਛੇ-ਪਿੱਛੇ ਸਿਵਿਆਂ ਕੋਲ ਆ ਗਿਆ ਉਹਦੀ ਬੀਬੀ ਇੱਥੇ ਨਹੀਂ ਸੀ ਫਿਰ ਉਹ ਦੋਵੇਂ ਉਤਲੇ ਗੇੜ ਕੱਸੀ ਦੀ ਪੁਲੀ ਵੱਲ ਗਏ ਉਹ ਇੱਧਰ ਵੀ ਕਿਧਰੇ ਨਹੀਂ ਦੇਸੀ ਉਹ ਮੁੜੇ ਆਉਂਦੇ ਸੀ ਜਦੋਂ ਖੇਤਾਂ ਵੱਲ ਜਾਂਦੇ ਕਿ ਜਾਨੂ ਨੇ ਪੁੱਛਿਆ ਨੇਕਾ ਨੂੰ ਭਾਲਦੀਆਂ ਭੂਆ ਫਿਰ ਆਪ ਹੀ ਬੋਲਿਆ ਉਹ ਤਾਂ ਭਾਈ ਤੇਜੇ ਕੀ ਹਵੇਲੀ ਮੂਰੇ ਬੈਠੀ ਨਛੱਤਰ ਦੇ ਅੰਦਰ ਉਹ ਰੁਗ ਭਰਿਆ ਗਿਆ ਤੇਜ ਕਦਮੀ ਤੁਰ ਜਾਂਦੀ ਭੂਆ ਨੂੰ ਉਹਨੇ ਕਿਹਾ ਭੂਆ ਜੀ ਮੈਥੋਂ ਤਾਂ ਬੀਬੀ ਨੂੰ ਵੇਖਿਆ ਨਹੀਂ ਜਾਣਾ ਉਹ ਖੜੋ ਗਿਆ ਕੀ ਪਤਾ ਪੁੱਤ ਤੈਨੂੰ ਵੇਖ ਕੇ ਹੀ ਠੀਕ ਹੋ ਜੇ ਮੂੰ ਤਾਂ ਕਿਸੇ ਨੂੰ ਸਿਆਣਦੀ ਨਹੀਂ ਭੂਆ ਦੇ ਚਿਹਰੇ ਤੇ ਆਸ ਜੀ ਵੇਖ ਕੇ ਉਹ ਫੇਰ ਤੁਰ ਪਿਆ ਪਰ ਉਹਨੂੰ ਜਾਪਿਆ ਲੱਤਾਂ ਤੁਰਨੋਂ ਅਸਮਰਥ ਹੋ ਰਹੀਆਂ ਉਹਨੂੰ ਚੱਕਰ ਆ ਕੇ ਡਿੱਗਣ ਵਰਗਾ ਅਹਿਸਾਸ ਵੀ ਹੋਇਆ ਪਰ ਭੂਆ ਦੇ ਮਗਰਮਗਰ ਤੁਰਿਆ ਗਿਆ ਅਚਾਨਕ ਭੂਆ ਇੱਕ ਥਾਂ ਰੁਕ ਗਈ ਤੇਜ ਸਿੰਘ ਹੀ ਸਿੰਘ ਕੀ ਹਵੇਲੀ ਤੋਂ 50 ਕੁ ਗੱਜ ਦੂਰ ਉਹਦੀ ਬੀਬੀ ਬੈਠੀ ਸੀ ਜੀ ਕਿਤਾ ਭੱਜ ਕੇ ਉਹਨੂੰ ਜਾ ਚਿੰਬੜੇ ਉਹਦੇ ਗਲ ਲਾ ਕੇ ਤਾਹਾਂ ਮਾਰ ਕੇ ਰੋਵੇ ਉੱਚੀ ਉੱਚੀ ਕੁੱਕੇ ਪਰ ਉਸ ਅੰਦਰੇ ਕਿਹਾ ਡਰ ਹੈ ਦਿਲ ਕਿਉਂ ਇੰਨੀ ਜ਼ੋਰ ਨਾਲ ਧੜਕ ਰਿਹਾ ਏ ਆਲਾ ਦਵਾਲਾ ਘੁੰਮ ਕਿਉਂ ਰਿਹਾ ਏ ਇਹ ਜ਼ਮੀਨ ਉਹਦੇ ਪੈਰਾਂ ਹੇਠੋਂ ਕਿਉਂ ਸਰਕ ਰਹੀ ਏ ਭੂਆ ਉਹਦੇ ਮੂੰਹੋਂ ਮਸਾ ਨਿਕਲਿਆ ਤੇ ਉਹ ਥਾਂ ਹੀ ਬੈਠ ਗਿਆ ਹਵੇਲੀ ਦੇ ਦਰਵਾਜ਼ੇ 'ਚ ਤੇਜਾ ਸਿੰਘ ਦੇ ਮੁੰਡੇ ਖੜੇ ਸੀ ਅਚਾਨਕ ਨੇਕਾ ਉੱਠੀ ਉਹਨਾਂ ਵੱਲ ਇੱਟਾਂ ਰੋੜੇ ਚਲਾਉਣ ਲੱਗੀ। ਉਦੋਂ ਹੀ ਤੇਜੇ ਦੇ ਮੁੰਡਿਆਂ ਨੇ ਕੁੱਤਿਆਂ ਦੀਆਂ ਸੰਗਲਾਂ ਖੋਲੀਆਂ। ਉਹ ਭੌਂਕਦੇ ਨੇਕਾਂ ਵੱਲ ਦੌੜੇ। ਲੰਮੀ ਚੀਕ ਮਾਰਦੇ ਨੇਕਾਂ ਕੱਠ ਵਿੱਚ ਗੱਠੜੀ ਲੈ ਕੇ ਭੱਜ ਪਈ। ਧੰਨਵਾਦ। ਚੱਲਦਾ